ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਰੋਲ ਆਫ ਐਜੂਕੇਸ਼ਨ ਫਾਰ ਇਨਸ਼ੋਰਿੰਗ ਸਸਟੇਨੇਬਲ ਡਿਵੈਲਪਮੈਂਟ ਟਿਕਾਊ ਵਿਕਾਸ ਜਾਂ ਨਿਰੰਤਰ ਵਿਕਾਸ ਨੂੰ ਇਨਸ਼ੋਰ ਕਰਨ ਦੇ ਲਈ ਐਜੂਕੇਸ਼ਨ ਦਾ ਕੀ ਰੋਲ ਹੈ ਐਜੂਕੇਸ਼ਨ ਆਪਣਾ ਕਿਸ ਤਰ੍ਹਾਂ ਦਾ ਰੋਲ ਪਲੇ ਕਰਦੀ ਹੈ ਸਭ ਤੋਂ ਪਹਿਲਾਂ ਹੈ ਬਿਹੇਵੀਅਰਲ ਚੇਂਜਸ ਇਹ ਸਾਡਾ ਜਿਹੜਾ ਵੀ ਵਿਹਾਰ ਹੈ ਉਹਦੇ ਵਿੱਚ ਵੀ ਚੇਂਜਸ ਲੈ ਕੇ ਆਉਂਦੀ ਹੈ ਕਿਉਂਕਿ ਜੇ ਐਜੂਕੇਸ਼ਨ ਹੈ ਸਭ ਤੋਂ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਬਿਹੇਵੀਅਰ ਨੂੰ ਚੇਂਜ ਕਰਨ ਦੇ ਵਿੱਚ ਤੇ ਹਰੇਕ ਜਿਹੜਾ ਨਾਗਰਿਕਾ ਨੂੰ ਨਿਰੰਤਰ ਵਿਕਾਸ ਤੋਂ ਲਾਭ ਉਠਾਉਣ ਦੇ ਲਈ ਜਿਹੜੀਆਂ ਜ਼ਰੂਰੀ ਯੋਗਤਾਵਾਂ ਨੇ ਜੋ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਐਜੂਕੇਸ਼ਨ ਦੇ ਦੌਰਾਨ ਅਸੀਂ ਸਿੱਖਦੇ ਹਾਂ ਪ੍ਰਾਪਤ ਕਰਦੇ ਹਾਂ ਨਿਰੰਤਰ ਵਿਕਾਸ ਕਾਫੀ ਹੱਦ ਤੱਕ ਜਿਹੜੀ ਕੁਆਲਿਟੀ ਦੀ ਐਜੂਕੇਸ਼ਨ ਆ ਉਹਦੇ ਉੱਪਰ ਡਿਪੈਂਡ ਕਰਦਾ ਏ ਨੈਕਸਟ ਹੈ ਡਿਵੈਲਪਮੈਂਟ ਆਫ ਹਿਊਮਨ ਰਿਸੋਰਸਸ ਫਾਰ ਈਐਸਡੀ ਈਐਸਡੀ ਦਾ ਮੀਨਸ ਐਨਸ਼ੂਰਿੰਗ ਸਸਟੇਨੇਬਲ ਡਿਵੈਲਪਮੈਂਟ ਮੀਨਸ ਜਿਹੜੇ ਹਿਊਮਨ ਰਿਸੋਰਸਸ ਨੇ ਉਹਨਾਂ ਦਾ ਵਿਕਾਸ ਕਰਨਾ ਕਿਹਦੇ ਲਈ ਤਾਂ ਜੋ ਜਿਹੜੀ ਸਸਟੇਨੇਬਲ ਡਵੈਲਪਮੈਂਟ ਹੈ ਉਹਨੂੰ ਯਕੀਨੀ ਬਣਾਇਆ ਜਾ ਸਕੇ এডੂਕੇਸ਼ਨ ਦੇ ਜ਼ਵਾਰਾ ਜਿੰਨੇ ਵੀ ਹਿਊਮਨ ਰਿਸੋਰਸਸ ਨੇ ਮੀਨਜ਼ ਜੋ ਪੜਨ ਵਾਲੇ ਵਿਦਿਆਰਥੀ ਨੇ ਬੱਚੇ ਨੇ ਉਹਨਾਂ ਦੀ ਡਵੈਲਪਮੈਂਟ ਕਰਨਾ ਤਾਂ ਜੋ ਸਸਟੇਨੇਬਲ ਡਵੈਲਪਮੈਂਟ ਦੇ ਵਿੱਚ ਆਪਣਾ ਜਿਹੜਾ ਪੋਜ਼ਿਟਿਵ ਰੋਲ ਉਹ ਪਲੇ ਕਰ ਸਕਣ ਫੌਸਟਰਿੰਗ ਫਿਊਚਰ ਲੀਡਰਸ ਜਿਹੜੇ ਫਿਊਚਰ ਦੇ ਨੇਤਾ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਕਿਉਂਕਿ ਜਿਹੜੇ ਅੱਜ ਦੇ ਬੱਚੇ ਨੇ ਉਹ ਕੱਲ ਦੇ ਨੇਤਾ ਨੇ ਨਿਰੰਤਰ ਵਿਕਾਸ ਲਈ ਸਿੱਖਿਆ ਵਿੱਚ ਮਨੁੱਖੀ ਸੰਸਾਧਨਾਂ ਨੂੰ ਵਿਕਸਿਤ ਕਰਨ ਦੇ ਲਈ ਜਿਹੜੀਆਂ ਹਾਇਰ ਐਜੂਕੇਸ਼ਨ ਦੇਣ ਵਾਲੀਆਂ ਇੰਸਟੀਟਿਊਟਸ ਨੇ ਉਹਨਾਂ ਦੀ ਬਹੁਤ ਹੀ ਇੰਪੋਰਟੈਂਟ ਭੂਮਿਕਾ ਹੈ ਇਹ ਆਉਣ ਵਾਲੇ ਜਿਹੜੇ ਸਾਡੇ ਨੇਤਾ ਨੇ ਉਹਨਾਂ ਨੂੰ ਸਿੱਖਿਅਤ ਕਰਦੀਆਂ ਨੇ ਤਿਆਰ ਕਰਦੀਆਂ ਨੇ ਸਕੂਲ ਅਧਿਆਪਕਾਂ ਦੀ ਸਿੱਖਿਆ ਹੋ ਗਈ ਤੇ ਜਿਹੜੀ ਟ੍ਰੇਨਿੰਗ ਹੈ ਇਹਦੇ ਵਿੱਚ ਵੀ ਜਿਹੜੇ ਨਿਰੰਤਰ ਵਿਕਾਸ ਸੰਬੰਧੀ ਕਿਰਿਆਤਮਕ ਖੋਜਾਂ ਨੇ ਉਹਨਾਂ ਨੂੰ ਵੀ ਇਹਨਾਂ ਦੇ ਵਿੱਚ ਸੰਚਾਲਿਤ ਕੀਤਾ ਜਾਂਦਾ ਹੈ ਨੈਕਸਟ ਹੈ ਇੰਪਲੀਮੈਂਟੇਸ਼ਨ ਆਫ ਡਿਸੀਜਨਸ ਫੈਸਲਿਆਂ ਨੂੰ ਲਾਗੂ ਕਰਨਾ ਚੰਗੇ ਸਮਾਜ ਆਧਾਰਿਤ ਫੈਸਲੇ ਜਿਹਦੇ ਨਾਲ ਸਮਾਜਿਕ ਆਰਥਿਕ ਤੇ ਵਾਤਾਵਰਣ ਦੀ ਭਲਾਈ ਨੂੰ ਪ੍ਰਭਾਵਿਤ ਕੀਤਾ ਜਾਏਗਾ ਇਹ ਪੜ੍ਹੇ ਲਿਖੇ ਨਾਗਰਿਕਾਂ ਦੇ ਉੱਪਰ ਵੀ ਨਿਰਭਰ ਕਰਦਾ ਹੈ ਵਿਕਾਸ ਦੇ ਵਿਕਲਪ ਦੇ ਲਈ ਖਾਸ ਕਰਕੇ ਜਿਹੜਾ ਹਰੀਿਆਲੀ ਵਿਕਾਸ ਹੈ ਉਹ ਸਿੱਖਿਆ ਦੇ ਵਧਨ ਦੇ ਨਾਲ ਨੇ ਕਿਉਂਕਿ ਜਿਨ੍ਹਾਂ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਉਹਦੇ ਅਕੋਰਡਿੰਗ ਇਸ ਜਿਹੜੇ ਡਿਸੀਜਨ ਨੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ ਡਿਵੈਲਪਮੈਂਟ ਆਫ ਸਕਿੱਲ ਆਫ ਵਰਕਰਜ਼ ਜਿਹੜੇ ਵਰਕਰਜ਼ ਨੇ ਉਹਨਾਂ ਦੀਆਂ ਜਿਹੜੀਆਂ ਸਕਿੱਲਸ ਨੇ ਉਹਨਾਂ ਨੂੰ ਡਿਵੈਲਪ ਕਰਨਾ ਵਿਕਾਸ ਕਰਨਾ ਹੁਣ ਨਿਰੰਤਰ ਵਿਕਾਸ ਦਾ ਇੱਕ ਸਤੰਭ ਕੀ ਹੈ ਕਿ ਜਿਹੜੇ ਵਰਕਰਸ ਨੇ ਉਹਨਾਂ ਨੇ ਸਕਿਲਸ ਦੀ ਹੋਰ ਜਿਹੜੀ ਡਿਵੈਲਪਮੈਂਟ ਆ ਉਹ ਕਰਨੀ ਇਹਦੇ ਲਈ ਕਿਉਂਕਿ ਜਿਹੜੀ ਸਿੱਖਿਆ ਹੈ ਜੀਵਨ ਦੇ ਹਰੇਕ ਮੋੜ ਤੇ ਸਾਡੇ ਕੰਮ ਆਉਣ ਵਾਲੀ ਹੈ ਇਸ ਕਰਕੇ ਇਹ ਜਿਹੜੀ ਸਿੱਖਿਆ ਗਰੀਬੀ ਨੂੰ ਘਟ ਕਰਕੇ ਸਮਾਜਿਕ ਤੇ ਜਿਹੜਾ ਆਰਥਿਕ ਵਿਕਾਸ ਉਹ ਵੀ ਕਰਦੀ ਹੈ ਤੇ ਜਿਹੜੀ ਸਾਖਰਤਾ ਦੀ ਸੀ ਗੱਲ ਕਰਦੇ ਹੁੰਨੇ ਆ ਉਹ ਕਿਰਤੀਆਂ ਦੇ ਲਈ ਵੀ ਬਹੁਤ ਕੀਮਤੀ ਹੈ ਕਿਉਂਕਿ ਜਿਹੜੇ ਵਰਕਰਸ ਨੂੰ ਅਸੀਂ ਸਕਿੱਲਸ ਦੀ ਨੌਲੇਜ ਦਵਾਗੇ ਉਹਨਾਂ ਦੀ ਅਸੀਂ ਸਕਿੱਲਸ ਨੂੰ ਡਿਵੈਲਪ ਕਰਾਂਗੇ ਤਾਂ ਉਹਦੇ ਨਾਲ ਜਿਹੜੀ ਸਸਟੇਨੇਬਲ ਡਵੈਲਪਮੈਂਟ ਹੈ ਉਹ ਆਏਗੀ ਰੋਲ ਆਫ ਕੁਆਲਿਟੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਜੇਕਰ ਐਜੂਕੇਸ਼ਨ ਕੁਆਲਿਟੀ ਦੀ ਹੋਏਗੀ ਤਾਂ ਜਿਹੜੀ ਸਸਟੇਨੇਬਲ ਡਵੈਲਪਮੈਂਟ ਆ ਉਹ ਬਹੁਤ ਵਧੀਆ ਤਰੀਕੇ ਨਾਲ ਐਨਸ਼ੋਰ ਹੋ ਸਕਦੀ ਹੈ ਕਿਉਂਕਿ ਜੇਕਰ ਅਸੀਂ ਕੁਆਂਟੀਟੀ ਦੀ ਗੱਲ ਕਰਦੇ ਹਾਂ ਇਕੱਲੇ ਅਸੀਂ ਬੱਚਿਆਂ ਦੀ ਗਿਣਤੀ ਦੀ ਗੱਲ ਕਰਦੇ ਹਾਂ ਕਿ ਇਸ ਸਾਲ ਦੇ ਵਿੱਚ ਐਨੇ ਬੱਚੇ ਪੜ ਚੁੱਕੇ ਨਹੀਂ ਪਰ ਜੇਕਰ ਅਸੀਂ ਉਹਨਾਂ ਨੂੰ ਕੁਆਲਿਟੀ ਦੀ এডੂਕੇਸ਼ਨ ਦੇ ਕੇ ਭੇਜ ਰਹੇ ਹਾਂ ਤਾਂ ਸਾਨੂੰ ਪਤਾ ਹੋਏਗਾ ਕਿ ਇਹ ਬੱਚੇ ਫਿਊਚਰ ਦੇ ਵਿੱਚ ਵੀ ਜਿਹੜਾ ਵਧੀਆ ਰੋਲ ਆ ਉਹ ਪਲੇ ਕਰਨਗੇ ਅਵੇਅਰਨੈਸ ਫਾਰ ਸਸਟੇਨੇਬਲ ਡਵੈਲਪਮੈਂਟ ਸਸਟੇਨੇਬਲ ਡਵੈਲਪਮੈਂਟ ਬਾਰੇ ਜਿਹੜੀ এডੂਕੇਸ਼ਨ ਹੈ ਉਹ ਜਾਗਰੂਕ ਵੀ ਕਰਦੀ ਹੈ ਅਵੇਅਰਨੈਸ ਕਰਦੀ ਹੈ ਦੇਸ਼ ਅਤੇ ਦੇਸ਼ ਦੀਆਂ ਜਿਹੜੀਆਂ ਸੀਮਾਵਾਂ ਨੇ ਉਹਨਾਂ ਤੋਂ ਬਾਹਰ ਵੀ ਜਿਹੜੀ ਸਿੱਖਿਆ ਹੈ ਉਹ ਸਸਟੇਨੇਬਲ ਡਿਵੈਲਪਮੈਂਟ ਦੇ ਲਈ ਜਾਗਰੂਕਤਾ ਪੈਦਾ ਕਰਨ ਦੇ ਵਿੱਚ ਜਿਹੜਾ ਆਪਣਾ ਮਹੱਤਵਪੂਰਨ ਰੋਲ ਆ ਉਹ 플레이 ਕਰਦੀ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਚੱਲ ਜੇਗਾ ਬੱਚੇ ਨੂੰ ਪਤਾ ਚੱਲ ਜੇਗਾ ਕਿ ਸਸਟੇਨੇਬਲ ਡਿਵੈਲਪਮੈਂਟ ਕੀ ਹੁੰਦੀ ਹੈ ਤੇ ਇਹ ਕਿਉਂ ਜ਼ਰੂਰੀ ਹੈ ਤੇ ਕਿਸ ਤਰੀਕੇ ਨਾਲ ਲਿਆਂਦੀ ਜਾ ਸਕਦੀ ਹੈ ਇੰਡੀਵਿਜੂਅਲ ਐਂਡ ਨੈਸ਼ਨਲ ਇਮਪਲੀਕੇਸ਼ਨ ਤੇ ਰਾਸ਼ਟਰੀ ਤੇ ਵਿਅਕਤੀਗਤ ਕਿਰਤਾਰਥ ਸਿੱਖਿਆ ਜੀਵਨ ਨੂੰ ਕੁਆਲਿਟੀ ਸਿੱਖਿਆ ਜਿਹੜੀ ਜੀਵਨ ਦੀ ਕੁਆਲਿਟੀ ਨੂੰ ਸੁਧਾਰਨ ਦਾ ਇੱਕ ਕੇਂਦਰੀ ਬਿੰਦੂ ਹੈ ਸਿੱਖਿਆ ਦੇ ਦੁਆਰਾ ਹੀ ਪਰਿਵਾਰ ਦਾ ਜਿਹੜਾ ਲੈਵਲ ਹੈ ਫੈਮਿਲੀ ਦਾ ਉਹਨੂੰ ਵੀ ਉੱਚਾ ਚੁੱਕਿਆ ਜਾ ਸਕਦਾ ਹੈ ਤੇ ਜੀਵਨ ਦੀਆਂ ਜਿਹੜੀਆਂ ਪਰਿਸਥਿਤੀਆਂ ਨੇ ਸਰਕਮਸਟੈਂਸਸ ਨੇ ਉਹਨਾਂ ਨੇ ਵੀ ਸੁਧਾਰ ਕਰਦੀ ਹੈ ਸਾਡੇ ਵਿੱਚ ਨੈਤਿਕਤਾ ਵਿਕਸਿਤ ਕਰਦੀ ਹੈ ਤੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਆਰਥਿਕ ਤੇ ਸਮਾਜਿਕ ਸੁੱਖ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ ਜਿਹੜੀ ਉਚਿਤ ਸਿੱਖਿਆ ਹੋ ਰਾਸ਼ਟਰ ਅਤੇ ਵਿਅਕਤੀਆਂ ਦੇ ਨਿਰੰਤਰ ਵਿਕਾਸ ਦੇ ਲਈ ਗੁਣਕਾਰੀ ਹੈ ਨੈਕਸਟ ਹੈ ਡਿਵੈਲਪਮੈਂਟ ਆਫ ਹੈਲਥ케ਅਰ ਫੈਸਿਲਿਟੀਆਂ ਸਿਹਤ ਸੰਭਾਲ ਸਹੂਲਤਾਂ ਦਾ ਵਿਕਾਸ ਮਨੁੱਖੀ ਜ਼ਿੰਦਗੀ ਜਿਹੜੀ ਸਿਹਤ ਹੈ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਇਹ ਇਸ ਤੱਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿਹਤ ਹੀ ਅਸਲੀ ਦੌਲਤ ਹੈ ਹੁ ਜਿਵੇਂ ਕਿ ਕੋਰੋਨਾ ਵਾਇਰਸ ਦੀ ਜੇਕਰ ਐਗਜ਼ਾਮਪਲ ਲਈਏ ਤਾਂ ਇਹਦੇ ਨਾਲ ਐਨੇ ਜਿਹੜੇ ਬੁਰੇ ਪ੍ਰਭਾਵ ਪਏ ਨੇ ਕਿ ਉਹ ਜਿਹੜਾ ਪੂਰਾ ਵਿਸ਼ਵ ਆਰਥਚਾਰਾ ਹੈ ਉਹਦੇ ਹੋਰ ਦੇਸ਼ਾਂ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਜਿਹੜੀ ਆਰਥਿਕਤਾ ਦੇ ਵਿੱਚ ਮੰਦੀ ਆਈ ਹੈ ਇਸ ਮਾਰੋ ਵਾਇਰਸ ਦੇ ਕਾਰਨ ਵੱਡੀ ਗਿਣਤੀ ਵਿੱਚ ਜਿਹੜੇ ਲੋਕਾਂ ਦੀ ਮੌਤ ਵੀ ਹੋਈ ਹੈ ਲੋਕਾਂ ਨੂੰ ਜਾਗਰੂਕ ਕਰਕੇ ਇਸ ਬਿਮਾਰੀ ਨੂੰ ਖਤਮ ਕਰਨ ਦੇ ਲਈ ਸੁਚੇਤ ਵੀ ਕੀਤਾ ਗਿਆ ਹੈ ਤੇ ਇਸ ਕਰਕੇ ਕੀ ਹੈ ਵੀ ਲੋਕਾਂ ਨੂੰ ਨਾਲ-ਨਾਲ ਹੈਲਥ케ਅਰ ਫੈਸਿਲਿਟੀਆਂ ਨੇ ਉਹਨਾਂ ਬਾਰੇ ਦੇਖੋ ਜਾਗਰੂਕ ਵੀ ਕਰਨਾ ਸੀ এডੂਕੇਸ਼ਨ ਦੇ ਦੁਆਰਾ ਕਰ ਸਕਦੇ ਆ ਤੇ ਨਾਲ-ਨਾਲ ਅਸੀਂ ਜਿਹੜੀ ਡਿਵੈਲਪਮੈਂਟ ਆ ਉਹ ਵੀ ਕਰਨੀ ਐਨਸ਼ੋਰ ਸਸਟੇਨੇਬਲ ਫਿਊਚਰ ਵਿਕਾਸੀਲ ਭਵਿੱਖ ਨੂੰ ਸੁਨਿਸ਼ਚਿਤ ਕਰਨਾ ਹੁਣ এডੂਕੇਸ਼ਨ ਜਿਹੜਾ ਸ਼ਬਦ ਹੈ ਉਹ ਪ੍ਰੋਗਰੈਸ ਹੋ ਗਿਆ ਸਾਡੇ ਜਿਹੜੀ ਕਮਿਊਨਿਟੀ ਐ ਤੇ ਫੈਮਿਲੀ ਐ ਉਦੇ ਸਸਟੇਨੇਬਲ ਭਵਿੱਖ ਦੇ ਵੱਲ ਲੈ ਕੇ ਜਾਣ ਵਾਲਾ ਇੱਕ ਬਹੁਤ ਹੀ ਜ਼ਿਆਦਾ ਜਿਹੜਾ ਸ਼ਕਤੀਸ਼ਾਲੀ ਯੰਤਰ ਵੀ ਇਹਨੂੰ ਮੰਨਿਆ ਜਾਂਦਾ ਹੈ ਇਸੇ ਕਾਰਨ ਹੀ ਜਿਹੜਾ ਸੰਯੁਕਤ ਰਾਸ਼ਟਰ ਨੇ 2000 ਪੰਜ ਤੋਂ 14 ਸਾਲਾਂ ਨੂੰ ਨਿਰੰਤਰ ਵਿਕਾਸ ਦੇ ਲਈ ਡੈਕੇਡ ਆਫ ਐਜੂਕੇਸ਼ਨ ਵੀ ਘੋਸ਼ਿਤ ਕੀਤਾ ਸੀ ਨੈਕਸਟ ਹੈ ਡਿਸੀਜਨ 메ਕਿੰਗ ਅਬਾਊਟ ਅ ਫਿਊਚਰ ਹੁਣ ਜਿਹੜੀ ਐਜੂਕੇਸ਼ਨ ਹੈ ਉਹ ਸਾਨੂੰ ਫਿਊਚਰ ਦੇ ਲਈ ਕਿਸੇ ਵੀ ਤਰ੍ਹਾਂ ਜਿਹੜਾ ਡਿਸੀਜਨ ਆ ਉਹ ਲੈਣ ਦੇ ਵੀ ਯੋਗ ਬਣਾਉਂਦੀ ਹੈ ਕਿਉਂਕਿ ਜਦੋਂ ਅਸੀਂ এডਿਕੇਸ਼ਨ ਲੈ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਸਾਰਾ ਕੁਝ ਪੜ੍ਹਦੇ ਹਾਂ ਕਿ ਅਸੀਂ ਆਪਣਾ ਜਿਹੜਾ ਫਿਊਚਰ ਹੈ ਕਿਵੇਂ ਸਿਕਿਉਰ ਬਣਾਉਣਾ ਕਿਸ ਤਰ੍ਹਾਂ ਦੀ ਸੀ ਐਜੂਕੇਸ਼ਨ ਲੈਣੀ ਹੈ ਨਾਲ ਅਸੀਂ ਇਹ ਵੀ ਸਿੱਖਦੇ ਹਾਂ ਅਸੀਂ ਸਕਿੱਲਸ ਵੀ ਜਿਹੜੀ ਜਾਣਕਾਰੀ ਹੈ ਉਹ ਵੀ ਲੈਂਦੇ ਹਾਂ ਇਹ ਨਾਲ ਕੀ ਹੈ ਅਸੀਂ ਫਿਊਚਰ ਦੇ ਵਿੱਚ ਆਪਣੇ ਬਾਰੇ ਜਿਹੜੀ ਡਿਸੀਜਨ ਨੇ ਉਹ ਸਹੀ ਤਰੀਕੇ ਨਾਲ ਲੈਣ ਦੇ ਯੋਗ ਬਣ ਸਕਦੇ ਹਾਂ ਨੈਕਸਟ ਹੈ ਇੰਡੀਵਿਜੂਅਲ ਐਂਡ ਨੈਸ਼ਨਲ ਇਮਪਲੀਕੇਸ਼ਨਸ ਇੰਡੀਵਿਜੂਅਲ ਮੀਨਸ ਰਾਸ਼ਟਰੀ ਜਿਹੜੇ ਵਿਅਕਤੀਗਤ ਇਹ ਪੁਆਇੰਟ ਪਹਿਲਾਂ ਵੀ ਜਿਹੜੇ ਰਿਪੀਟ ਹੋ ਗਿਆ ਤਾਂ ਹੀ ਮੈਨੂੰ ਥੋੜਾ ਦਿੱਕਤ ਆਈ ਸੌਰੀ ਨੈਕਸਟ ਇਨਕਲੂਡਿੰਗ ਕੀ ਸਸਟੇਨੇਬਲ ਡਵੈਲਪਮੈਂਟ ਇਸ਼ੂਜ਼ ਜਿਹੜੇ ਪ੍ਰਮੁੱਖ ਟਿਕਾਊ ਵਿਕਾਸ ਦੇ ਮੁੱਦੇ ਨੇ ਇਹਦੇ ਵਿੱਚ ਉਹ ਵੀ ਸ਼ਾਮਿਲ ਕੀਤੇ ਜਾਂਦੇ ਨੇ ਸਿੱਖਿਆ ਤੇ ਸਿਖਲਾਈ ਦੇ ਵਿੱਚ ਇਹ ਪ੍ਰਮੁੱਖ ਟਿਕਾਊ ਵਿਕਾਸ ਦੇ ਮੁੱਦਿਆਂ ਨੂੰ ਸ਼ਾਮਿਲ ਕਰਨ ਦੇ ਲਈ ਸਿੱਖਿਆ ਇੱਕ ਮਹੱਤਵਪੂਰਨ ਜਿਹੜਾ ਰੋਲ ਆ ਪਲੇ ਕਰਦੀ ਹੈ ਜਿਵੇਂ ਕਿ ਜਿਹੜਾ ਸਾਡਾ ਕਲਾਈਮੇਟ ਦੇ ਚੇਂਜਸ ਆ ਰਹੇ ਨੇ ਬਾਇਓਡਾਈਵਰਸਿਟੀ ਹੈ ਗਰੀਬੀ ਹੈ ਤੇ ਟਿਕਾਊ ਵਿਕਾਸ ਦੀ ਖੱਤ ਇਨਾ ਮੁੱਦਿਆਂ ਦੀ ਪ੍ਰੇਰਣਾ ਸਮਾਜ ਦੇ ਵਿੱਚ ਲੋੜੀਂਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ ਬਹੁਤ ਸਹਾਇਤਾ ਕਰਦੀ ਹੈ ਨੈਕਸਟ ਕੰਟਰੀਬਿਊਸ਼ਨ ਇਨ ਮਲਟੀਫੋਲਡ ਡਾਈਮੈਂਸ਼ਨਸ ਬਹੁ ਪੱਖੀ ਆਯਾਮਾਂ ਵਿੱਚ ਯੋਗਦਾਨ ਸਿੱਖਿਆ ਟਿਕਾਊ ਵਿਕਾਸ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਿਲ ਕਰਨ ਵਿੱਚ ਯੋਗਦਾਨ ਪਾਉਣ ਵਿੱਚ ਵੀ ਸਾਡੀ ਸਹਾਇਤਾ ਕਰਦੀ ਹੈ ਇਹ ਆਰਥਿਕ ਦ੍ਰਿਸ਼ਟੀਕੋਣ ਸਾਡਾ ਜਿਹੜਾ ਸਮਾਜਿਕ ਪਰਪੇਖ ਹੈ ਤੇ ਵਾਤਾਵਰਨ ਦੇ ਦ੍ਰਿਸ਼ਟੀਕੋਣ ਨੇ ਸਭਿਆਚਾਰਕ ਤੇ ਜਿਹੜਾ ਰਾਜਨੀਤਿਕ ਪਰਸਪੈਕਟਿਵ ਨੇ ਆ ਇਹ ਸਾਰੀਆਂ ਚੀਜ਼ਾਂ ਤੋਂ ਵੇਖੀ ਜਾ ਸਕਦੀ ਹੈ ਕਿਉਂਕਿ ਅਸੀਂ ਐਜੂਕੇਸ਼ਨ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਦੇ ਆ। ਨੈਕਸਟ ਚੇਂਜ ਇਨ ਇੰਡੀਵਿਜੂਅਲਸ ਐਟੀਟਿਊਡ ਵਿਅਕਤੀਗਤ ਰਵੱਈਏ ਨੂੰ ਬਦਲਣ ਲਈ। ਹੁਣ ਜਿਹੜੀ ਐਜੂਕੇਸ਼ਨ ਆ ਉਹ ਸਮਾਜ ਦੇ ਵਿੱਚ ਲੋੜਿੰਦਾ ਜਿਹੜਾ ਇੰਡੀਵਿਜੂਅਲ ਦਾ ਐਟੀਟਿਊਡ ਹੈ ਉਹਨੂੰ ਬਦਲਣ ਦੇ ਵਿੱਚ ਵੀ ਆਪਣਾ ਜਿਹੜਾ ਮਹੱਤਵਪੂਰਨ ਰੋਲ ਆ ਉਹ ਪਲੇ ਕਰਦੀ ਹੈ। ਇਹ ਸਾਰੇ ਵਿਵਹਾਰਕ ਬਦਲਾਅ ਵਿੱਚ ਜਿਹੜੀ ਕੁਆਲਿਟੀ ਵਾਲੀ ਸਿੱਖਿਆ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਤੇ ਜਿਹੜਾ ਬੈਲੈਂਸ ਬਣਾਉਣ ਦੇ ਵਿੱਚ ਵੀ ਸਹਾਇਤਾ ਕਰਦੀ ਹੈ ਡਵੈਲਪਮੈਂਟ ਆਫ ਕੁਆਲਿਟੀ ਆਫ ਹਿਊਮਨ ਲਾਈਫ ਮਨੁੱਖੀ ਜੀਵਨ ਦੀ ਗੁਣਵੱਤਾ ਦਾ ਵਿਕਾਸ ਆਬਾਦੀ ਨੂੰ ਸਿਰਕਰਨ ਸਿੱਖਿਆ ਨੂੰ ਬਿਹਤਰ ਬਣਾਉਣ ਤੇ ਸਿੱਖਿਆ ਦੀ ਜਿਹੜੀ ਸਿਹਤ ਦੀ ਦੇਖਭਾਲ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਪਹੁੰਚਾਉਣ ਦੇ ਵਿੱਚ ਟਿਕਾਊ ਵਿਕਾਸ ਦੀ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਜਿਹੜੀ ਵਧੀਆ ਭੂਮਿਕਾ ਨਿਭਾਉਂਦੀ ਹੈ ਤਾਂ ਜੋ ਜਿਹੜੀ ਹਿਊਮਨ ਲਾਈਫ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਉੱਚਾ ਚੁੱਕਿਆ ਜਾ ਸਕੇ ਤੇ ਉਹਦੇ ਵਿੱਚ ਜਿਹੜਾ ਸੁਧਾਰ ਕੀਤਾ ਜਾ ਸਕੇ ਪ੍ਰੋਟੈਕਸ਼ਨ ਆਫ এনवायरमेंट ਵਾਤਾਵਰਨ ਦੀ ਸੁਰੱਖਿਆ ਸਾਡੇ ਜਿਹੜੇ ਕੀਮਤੀ ਵਾਤਾਵਰਨ ਨੂੰ ਬਚਾਉਣ ਦੀ ਸਿੱਖਿਆ ਜਿਹੜੀ ਮਹੱਤਵਪੂਰਨ ਰੋਲ ਪਲੇ ਕਰਦੀ ਹੈ ਪਾਣੀ ਮਿੱਟੀ ਦੀ ਸੰਭਾਲ ਬਾਇਓਡਾਈਵਰਸਿਟੀ ਤੇ ਖੇਤੀਬਾੜੀ ਦੇ ਅਭਿਆਸ ਦੇ ਵਿੱਚ ਸੁਧਾਰ ਵਾਤਾਵਰਨ ਦੀ ਸੁਰੱਖਿਆ ਦੇ ਇਹ ਪ੍ਰਮੁੱਖ ਹੰਗ ਨੇ ਇਹ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਵਿੱਚ ਨਤੀਜੇ ਵਜੋਂ ਬਹੁਤ ਹੀ ਜਿਹੜਾ ਆਪਣਾ ਪੋਜ਼ਿਟਿਵ ਰੋਲ ਆਹੋ ਪਲੇ ਕਰਦੀ ਹੈ ਇੰਪਰੂਵਮੈਂਟ ਇਨ ਟੈਕਨੋਲੋਜੀ ਟੈਕਨੋਲੋਜੀ ਵਿੱਚ ਸੁਧਾਰ ਟੈਕਨੋਲੋਜੀ ਵਿੱਚ ਸੁਧਾਰ ਵੀ ਇੱਕ ਹੋਰ ਇਸ ਤਰ੍ਹਾਂ ਦਾ ਪਹਿਲੂ ਹੈ ਜਿਹਦੇ ਕਾਰਨ ਜਿਹੜੀ ਸਿੱਖਿਆ ਹੈ ਉਹ ਸਸਟੇਨੇਬਲ ਡਵੈਲਪਮੈਂਟ ਦੀ ਪ੍ਰਾਪਤੀ ਦੇ ਵਿੱਚ ਸਾਡੀ ਸਹਾਇਤਾ ਕਰਦੀ ਹੈ ਪਰ ਸਭ ਤੋਂ ਜਿਹੜਾ ਮਹੱਤਵਪੂਰਨ ਕਾਰਕ ਇਹ ਹੈ ਕਿ ਇਹ ਟੈਕਨੋਲੋਜੀ ਦੀ ਜਿਹੜੀ ਵਰਤੋਂ ਆ ਸਾਡੀ ਸੋਸਾਇਟੀ ਦੇ ਲਈ ਮਾਰੂ ਮੀਨਸ ਘਾਤਕ ਨਹੀਂ ਹੋਣੀ ਚਾਹੀਦੀ ਬਲਕਿ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਚੀਜ਼ ਦੀ ਜਿਹੜੀ ਵਰਤੋਂ ਆ ਉਹ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਟੈਕਨੋਲੋਜੀ ਆ ਇਹ ਕੁਦਰਤ ਵਿੱਚ ਪ੍ਰਦੂਸ਼ਣ ਰਹਿਤ ਹੋਣੀਆਂ ਚਾਹੀਦੀਆਂ ਨੇ ਨੈਕਸਟ ਹੈ ਡਿਵੈਲਪਮੈਂਟ ਆਫ ਇਮੇਜਿਨੇਸ਼ਨ ਪਾਵਰ ਤੇ ਜਿਹੜੀ ਐਜੂਕੇਸ਼ਨ ਆ ਉਹ ਇਮੇਜਿਨੇਸ਼ਨ ਪਾਵਰ ਵੀ ਵਿਕਸਿਤ ਕਰਦੀ ਹੈ ਕਿਉਂਕਿ ਇਹਦੇ ਨਾਲ ਕੋਈ ਵੀ ਜਿਹੜਾ ਵਿਅਕਤੀ ਸਿੱਖਿਆ ਦੇ ਨਾਲ ਉਹ ਵਧੀਆ ਤਰੀਕੇ ਨਾਲ ਸੋਚਣ ਦੇ ਯੋਗ ਹੋ ਸਕਦਾ ਹੈ ਮੀਨ ਉਹਦੀ ਜਿਹੜੀ ਇਮੇਜਿਨੇਸ਼ਨ ਪਾਵਰ ਆ ਉਹ ਡਿਵੈਲਪਰ ਹੁੰਦੀ ਹੈ ਇਹਦੇ ਨਾਲ ਨੈਕਸਟ ਹੈ ਅਸੈਸੀਬਿਲਟੀ ਆਫ ਨਿਊ ਅਪਰਚੂਨਿਟੀਆਂ ਤੇ ਜਿਹੜੇ ਨਵੇਂ ਅਪਰਚੂਨਿਟੀਆਂ ਨੇ ਉਹ ਵੀ ਸਾਨੂੰ ਮਿਲਦੀਆਂ ਨੇ ਸਿੱਖਿਆ ਦੇ ਦੁਆਰਾ ਪਾਵੇਂ ਸੀ ਕਿਸੇ ਵੀ ਫੀਲਡ ਦੇ ਵਿੱਚ ਗੱਲ ਕਰੀਏ ਹੁਣ ਜਿਵੇਂ ਕਿ ਸਾਡਾ ਜਿਹੜਾ ਟੌਪਿਕ ਆ مین ਹੈ ਸਸਟੇਨੇਬਲ ਡਵੈਲਪਮੈਂਟ ਤਾਂ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਰੋਲ ਪਲੇ ਕਰਨਾ ਤਾਂ ਉਹ ਸਾਨੂੰ ਜਿਹੜੀਆਂ ਨਵੀਆਂ ਆਪਰਚੂਨਿਟੀਆਂ ਨੇ ਉਹ ਪ੍ਰੋਵਾਈਡ ਕਰੇਗੀ ਡਵੈਲਪਮੈਂਟ ਆਫ ਕ੍ਰਿਟੀਕਲ ਥਿੰਕਿੰਗ ਹੁਣ ਇਹਨਾਂ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਉਹਦਾ ਵੀ ਵਿਕਾਸ ਹੁੰਦਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਬਹੁਤ ਹੀ ਮਹੱਤਵਪੂਰਨ ਹੈ ਵਿਅਕਤੀਗਤ ਵਿਸ਼ਵਾਸ ਪ੍ਰਣਾਲੀ ਤੇ ਸਵਾਲ ਉਠਾਉਣਾ ਅਤੇ ਜਿਹੜਾ ਨੌਲੇਜ ਹੈ ਕੋਈ ਵੀ ਪਰਸਪੈਕਟਿਵ ਹੈ ਜਾਂ ਕਿਸੇ ਵੀ رائے ਨੂੰ ਮੰਨਣਾ ਜਿਹੜਾ ਆਲੋਚਕ ਹੈ ਉਹਦੀ ਸੋਚ ਦੇ ਇੱਕ ਸਕਿੱਲ ਦੇ ਉੱਪਰ ਡਿਪੈਂਡ ਕਰਦਾ ਹੈ ਲੋਕਾਂ ਨੂੰ ਟਿਕਾਊ ਵਿਕਾਸ ਦੀ ਜਿੱਕਰਸੀ ਪ੍ਰਸੰਗ ਦੇ ਵਿੱਚ ਆਰਥਿਕ ਵਾਤਾਵਰਣਿਕ ਸਮਾਜਿਕ ਤੇ ਸੱਭਿਆਚਾਰਕ ਢੰਗ ਚੇਨ ਜਿਹੜੇ ਉਹਨਾਂ ਦੀ ਜਾਂਚ ਕਰਨ ਦੇ ਵਿੱਚ ਵੀ ਸਹਾਇਤਾ ਕਰ ਸਕਦੇ ਆ এডਿਕੇਸ਼ਨ ਦੇ ਦੁਆਰਾ ਨੈਕਸਟ ਆ ਰੋਲ ਆਫ ਟੀਚਰ ਇਨ ਸਸਟੇਨੇਬਲ ਡਿਵੈਲਪਮੈਂਟ ਹੁਣ ਜਿਹੜਾ ਟੀਚਰ ਹੈ ਉਹਨੇ ਜਿਹੜੀ এডਿਕੇਸ਼ਨ ਹੈ ਉਹ ਇਸ ਤਰ੍ਹਾਂ ਦੇਣੀ ਹੈ ਕਿ ਜਿਸ ਨਾਲ ਜਿਹੜੀ ਸਸਟੇਨੇਬਲ ਡਵੈਲਪਮੈਂਟ ਹੈ ਉਹਦੇ ਵਿੱਚ ਉਹ ਸਹਾਈ ਹੋ ਸਕੇ ਉਹਦੇ ਦੁਆਰਾ ਦਿੱਤੀ ਹੋਈ ਐਜੂਕੇਸ਼ਨ ਮੀਨ ਜਿਨ੍ਹਾਂ ਦੇ ਕੋਲ ਅਸੀਂ ਕੁਝ ਵੀ ਪੜਦੇ ਤਾਂ ਟੀਚਰਜ਼ ਹੀ ਸਾਡੀ ਹੈਲਪ ਕਰਦੇ ਨੇ ਹੁਣ ਟੀਚਰਜ਼ ਨੇ ਹੀ ਆਪਣਾ ਵਧੀਆ ਪੋਜ਼ਿਟਿਵ ਰੋਲ ਪਲੇ ਕਰਨਾ ਹੁੰਦਾ ਤਾਂ ਜੋ ਜਿਹੜੀ ਉਹ ਟਿਕਾਊ ਵਿਕਾਸ ਦੀ ਸਿਧਾਂਤਨਾ ਉਹਨੂੰ ਸਹੀ ਤਰੀਕੇ ਨਾਲ ਅਸੀਂ ਵਰਤ ਸਕੀਏ ਟੀਚਰ ਨੇ ਅਵੇਅਰ ਕਰਨਾ ਬੱਚਿਆਂ ਨੂੰ ਕਿ ਤੁਸੀਂ ਜਿਹੜੇ ਸਾਡੇ ਰਿਸੋਰਸਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਯੂਟਿਲਾਈਜ਼ ਕਰਨਾ ਕਿਸ ਤਰੀਕੇ ਨਾਲ ਉਹਨਾਂ ਦੀ ਸਹੀ ਵਰਤੋਂ ਕਰਨੀ ਹੈ ਕਿਹੜੇ ਜਿਹੜੇ ਰਿਸੋਰਸਰ ਨੇ ਖਤਮ ਹੁੰਦੇ ਜਾ ਰਹੇ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਫਿਊਚਰ ਦੇ ਵਿੱਚ ਬਿਲਕੁਲ ਨਹੀਂ ਕਰ ਪਾਵਾਂਗੇ ਆਉਣ ਵਾਲੇ ਸਾਡੀ ਜਿਹੜੀ ਪੀੜ੍ਹੀਆਂ ਨੇ ਉਹ ਇਹਦੇ ਤੋਂ ਵਾਂਝੀਆਂ ਰਹਿ ਜਾਣਗੀਆਂ ਅਧਿਆਪਕ ਨੇ ਬੱਚਿਆਂ ਨੂੰ ਜਿਹੜੀ ਕੁਆਲਿਟੀ ਦੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੁੰਦੀ ਹੈ ਜਿਹਦੇ ਬੇਸ ਤੇ ਜਿਹੜੀ ਸਸਟੇਨੇਬਲ ਡਵੈਲਪਮੈਂਟ ਹੈ ਉਹ ਜ਼ਰੂਰੀ ਤੇ ਸਹੀ ਤਰੀਕੇ ਦੀ ਬੱਚਿਆਂ ਨੂੰ ਦਿੱਤੀ ਜਾ ਸਕੀ ਦੀਅ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਇਹ ਟੌਪਿਕ ਵੀ ਤੁਹਾਡੇ ਲਈ ਹੈਲਪਫੁਲ ਹੋਏਗਾ ਕੁਝ ਇੱਕ ਦੋ ਪੁਆਇੰਟਸ ਰਿਪੀਟ ਹੋ ਜਾਂਦੇ ਨੇ ਕਈ ਵਾਰ ਧਿਆਨ ਵਿੱਚ ਨਹੀਂ ਰਹਿੰਦਾ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਹਾਂ ਤੁਹਾਡੇ ਤੋਂ ਥੈਂਕਸ ਫॉर ਵਾਚਿੰਗ